ਜੀ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚ ਓ ਥਰਮਲ ਜ਼ਿਲ੍ਹਾ ਬਠਿੰਡਾ। ਇਹ 2019 ਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ 69/2019। ਉਦੋਂ ਟਰਾਂਸਪੋਰਟ ਨਗਰ ਦੇ ਵਿੱਚੋਂ 2,34,000 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਈ ਸੀ। ਇਹ ਗੋਲੀਆਂ ਸੀ ਟਰਾਮਾਡੋਲ ਗੋਲੀਆਂ ਸੀਗੀਆਂ ਅਤੇ ਇਹਦੇ ਵਿੱਚ ਸਾਲ 2019 ਵਿੱਚ ਹੀ ਧਾਰਾ 29 NDPS ਐਕਟ ਜਿਹੜਾ ਬੈਕਵਰਡ ਲਿੰਕ ਹੁੰਦਾ ਉਹਦੇ ਤਹਿਤ 4 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਹ 4 ਗੁਜਰਾਤ ਦੇ ਸੀਗੇ, ਅਰਵਿੰਦ ਭਾਈ, ਮੁਕੇਸ਼ ਭਾਈ, ਪਟੇਲ ਬਰਮਲ ਭਾਈ ਅਤੇ ਰਮੇਸ਼ ਭਾਈ। ਅਤੇ ਮਾਣਯੋਗ SSP ਬਠਿੰਡਾ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ 5 ਸਾਲਾਂ ਬਾਅਦ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨਾਂ ਚਾਰਾਂ ਵਿੱਚੋਂ ਕੁੱਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਅਰਵਿੰਦ ਭਾਈ ਪਟੇਲ ਅਤੇ ਮੁਕੇਸ਼ ਭਾਈ, ਸ਼ੰਕਰ ਭਾਈ ਅਤੇ ਪਟੇਲ ਬਰਮਲ ਭਾਈ, ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕੋ ਘਰੇ ਮਿਲਿਆ ਨੀ। ਨਹੀਂ, ਇਹਨਾਂ ਦੇ ਉੱਥੇ ਫਿਲਹਾਲ ਗੁਜਰਾਤ ਦੇ ਵਿੱਚ ਤਾਂ ਕੋਈ ਹੋਰ ਮੁਕਦਮੇ ਹੈ ਨਹੀਂ ਅਤੇ 5 ਸਾਲ ਪਹਿਲਾਂ ਦਾ ਇਹ ਸਾਰਾ ਸੀਗਾ। ਰਿਮਾਂਡ ਲੈਣ ਦਾ, ਪੁਲਿਸ ਰਿਮਾਂਡ ਲਿਆ ਅਤੇ 3 ਦਿਨ ਦਾ ਲਿਆ ਸੀ, ਜੋ ਕਿ ਅੱਜ ਖਤਮ ਹੋਣ ਜਾ ਰਿਹਾ। ਹੁਣ ਜੁਡੀਸ਼ਲ ਰਿਮਾਂਡ ਲੈ ਕੇ ਇਹਨੂੰ ਜੁਡੀਸ਼ਲ ਕਸਟਡੀ ਬੰਦ ਕਰਾਉਣ ਜਾ ਰਿਹਾ।